ਪੰਜਾਬ ਪੁਲਿਸ ਨੇ 2017 ਦੇ ਵਿੱਚ 3 ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਨਾਲ ISI ਸਮਰਥਿਤ ਪਾਬੰਦੀਸ਼ੁਦਾ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ISYF ਦੇ ਨਾਲ ਸੰਬੰਧ ਰੱਖਣ ਵਾਲੀ ਇੱਕ ਦਹਿਸ਼ਤੀ ਮੋਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ 3 ਵਿਅਕਤੀਆਂ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੇ ਤਹਿਤ ਭਾਰਤ ਦੇ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੇ ਵਾਸਤੇ ਪਾਕਿਸਤਾਨ ਦੀ ਇੰਟਰ ਸਰਵਿਸ ਇੰਟੈਲੀਜੈਂਸ ਯਾਨੀ ਕਿ ISI ਦੇ ਦੁਆਰਾ ਸਿਖਲਾਈ ਅਤੇ ਕੰਮ ਸੌਂਪਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਇਸ ਪੂਰੇ ਮਾਮਲੇ ਦੇ ਬਾਬਤ ਵਧੀਕ ਸੈਸ਼ਨ ਜੱਜ ਕਰੁਣੇਸ਼ ਕੁਮਾਰ ਨੇ ਇੱਕ ਦੋਸ਼ੀ ਸਤਵਿੰਦਰ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਦਾਲਤ ਨੇ ਬਾਕੀ 2 ਗੁਰਦਿਆਲ ਸਿੰਘ ਅਤੇ ਜਗਰੂਪ ਸਿੰਘ ਨੂੰ ਆਰਮਜ਼ ਐਕਟ ਦੀ ਧਾਰਾ 25 ਦੇ ਤਹਿਤ ਦੋਸ਼ੀ ਪਾਇਆ ਅਤੇ ਉਹਨਾਂ ਨੂੰ 1-1 ਸਾਲ ਦੀ ਕੈਦ ਦੀ ਸਜ਼ਾ ਵੀ ਸੁਣਾਈ ਹੈ। ਹਾਲਾਂਕਿ ਕਿਉਂਕਿ ਦੋਵੇਂ ਦੋਸ਼ੀ ਪਹਿਲਾਂ ਹੀ 3 ਸਾਲ ਤੋਂ ਵੱਧ ਜੇਲ੍ਹ ਦੀ ਸਜ਼ਾ ਕੱਟ ਚੁੱਕੇ ਨੇ ਤਾਂ ਅਦਾਲਤ ਨੇ ਕਿਹਾ ਹੈ ਕਿ ਇਸ ਕੇਸ ਦੀ ਪੁੱਛਗਿੱਛ ਤਫਤੀਸ਼ ਜਾਂ ਫਿਰ ਮੁਕੱਦਮੇ ਦੇ ਦੌਰਾਨ ਦੋਸ਼ੀਆਂ ਦੁਆਰਾ ਪਹਿਲਾਂ ਹੀ ਕੱਟੀ ਗਈ ਕੈਦ ਦੀ ਮਿਆਦ ਉਹਨਾਂ ਦੁਆਰਾ ਕੱਟੀਆਂ ਜਾਣ ਵਾਲੀਆਂ ਠੋਸ ਸਜ਼ਾਵਾਂ ਤੋਂ ਤੈਅ ਕੀਤੀਆਂ ਜਾਣਗੀਆਂ। ਪਰੰਤੂ ਇਸ ਦੇ ਬਾਰੇ ਵਿੱਚ ਵੀ ਤੁਹਾਨੂੰ ਦੱਸ ਦਈਏ ਕਿ ਮਾਮਲਾ ਆਖਿਰ ਕੀ ਸੀ ਅਤੇ ਕਿਸ ਮੁੱਦੇ ਦੇ ਬਾਰੇ ਵਿੱਚ ਸੀ। 4 ਜੂਨ 2017 ਨੂੰ ਗੁਰਦਿਆਲ ਸਿੰਘ, ਜਗਰੂਪ ਸਿੰਘ ਅਤੇ ਸਤਵਿੰਦਰ ਸਿੰਘ ਦੀ ਗ੍ਰਿਫਤਾਰੀ ਦੇ ਨਾਲ ਪੰਜਾਬ ਪੁਲਿਸ ਨੇ ISI ਸਮਰਥਿਤ ਪਾਬੰਦੀਸ਼ੁਦਾ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਨਾਲ ਸੰਬੰਧ ਰੱਖਣ ਵਾਲੇ ਇੱਕ ਅੱਤਵਾਦੀ ਮੋਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਸੀ। ਇਹ ਇੱਕ ਹਾਈ ਪ੍ਰੋਫਾਈਲ ਕੇਸ ਸੀ ਕਿਉਂਕਿ ਇਹ 23 ਪੰਨਿਆਂ ਦੇ ਡੋਜ਼ੀਅਰ ਦਾ ਹਿੱਸਾ ਵੀ ਸੀ ਜੋ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਵਿਰੁੱਧ ਕਥਿਤ ਦਹਿਸ਼ਤਗਰਦੀ ਗਤੀਵਿਧੀ ਅਤੇ 14 ਜੁਲਾਈ 2019 ਨੂੰ ਵਾਹਗਾ ਸਰਹੱਦ ਤੇ ਕਰਤਾਰਪੁਰ ਲਾਂਘੇ ਦੀ ਗੱਲਬਾਤ ਦੇ ਦੌਰਾਨ ਗੁਆਂਢੀ ਕਾਉਂਟੀ ਡਿਪਲੋਮੈਂਟਾਂ ਨੂੰ ਸੌਂਪਿਆ ਗਿਆ ਸੀ। ਸਾਰੇ ਮੁਲਜ਼ਮ ਕਥਿਤ ਤੌਰ ਤੇ ਪਾਕਿਸਤਾਨ ਸਥਿਤ ਲਖਬੀਰ ਸਿੰਘ ਰੋਡੇ ਅਤੇ ਹਰਮੀਤ ਸਿੰਘ ਉਰਫ ਹੈਪੀ ਦੇ ਨਾਲ ਜੁੜੇ ਹੋਏ ਸੀ। ਦੋਵੇਂ ਹੁਣ ਮਰ ਚੁੱਕੇ ਨੇ ਅਤੇ ਤਿੰਨਾਂ ਨੂੰ ਹੁਣ ਇਸ ਤੋਂ ਬਾਅਦ UAPA ਦੀਆਂ ਧਾਰਾਵਾਂ 15, 16, 17 ਅਤੇ 18 ਦੇ ਤਹਿਤ ਚਾਰਜਸ਼ੀਟ ਕੀਤਾ ਗਿਆ ਸੀ। ਉਹਨਾਂ ਦੇ ਬੈਂਕ ਖਾਤੇ ਅਤੇ ਪਾਸਬੁੱਕਾਂ ਤੋਂ ਇਲਾਵਾ ਪੁਲਿਸ ਨੇ ਸਾਰੇ ਦਸਤਾਵੇਜ਼ ਤਿਆਰ ਕੀਤੇ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਸਿਕ ਮੈਗਜ਼ੀਨ ਗੁਰਮਤਿ ਪ੍ਰਕਾਸ਼ ਦੀਆਂ ਕਾਪੀਆਂ ਸਤੰਬਰ 2004 ਅਤੇ ਅਗਸਤ 2004 ਅਤੇ ਨਾਲ ਹੀ ਜੁਲਾਈ 2001 ਦੀਆਂ ਕਾਪੀਆਂ ਸ਼ਾਮਲ ਸੀ। ਗੁਰਮਤਿ ਪ੍ਰਕਾਸ਼ ਇੱਕ ਮਾਸਿਕ ਪੰਜਾਬੀ ਰਸਾਲਾ ਹੈ ਜੋ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ ਪਿਛਲੇ ਕਈ ਸਾਲਾਂ ਤੋਂ ਅਤੇ ਇਸ ਦੀ ਸਥਾਪਨਾ 1957 ਤੋਂ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪ੍ਰਕਾਸ਼ਿਤ 2011 ਦੀ ਇੱਕ ਡਾਇਰੀ ਅਤੇ ਫਰਵਰੀ, ਮਾਰਚ, ਅਪ੍ਰੈਲ, ਮਈ, ਜੁਲਾਈ, ਸਤੰਬਰ, ਅਕਤੂਬਰ ਅਤੇ ਦਸੰਬਰ 2016 ਅਤੇ ਜਨਵਰੀ 2017 ਦੇ ਮਾਸਿਕ ਮੈਗਜ਼ੀਨ ਵੰਗਾਰ ਦੀਆਂ ਕਾਪੀਆਂ ਬਰਾਮਦ ਕੀਤੀਆਂ ਗਈਆਂ ਸੀ। ਦੋਸ਼ੀ ਵਾਂਗਰ ਨੂੰ ਖਾਲਿਸਤਾਨ ਪੱਖੀ ਮਾਸਿਕ ਮੈਗਜ਼ੀਨ ਦੇ ਤੌਰ ਦੇ ਉੱਪਰ ਵੀ ਕਿਤੇ ਨਾ ਕਿਤੇ ਵੇਖਿਆ ਜਾ ਰਿਹਾ ਸੀ, ਪਰੰਤੂ ਅਦਾਲਤ ਦਾ ਕਹਿਣਾ ਹੈ ਕਿ ਕੁਝ ਵੀ ਦੋਸ਼ੀ ਨਹੀਂ ਮਿਲਿਆ। ਜੀ ਹਾਂ, ਫੈਸਲਾ ਪੜ੍ਹਦੇ ਹੋਏ ਇਹ ਜ਼ਾਹਿਰ ਹੋਇਆ ਕਿ ਮੁਲਜ਼ਮ ਦੇ ਕਬਜ਼ੇ ਦੇ ਵਿੱਚੋਂ ਉਪਰੋਕਤ ਹਵਾਲੇ ਕੀਤੇ ਗਏ ਦਸਤਾਵੇਜ਼ਾਂ ਦੀ ਮਹਿਜ਼ ਰਿਕਵਰੀ ਆਈਪੀਸੀ ਦੀਆਂ ਧਾਰਾਵਾਂ 121, 121A, 120B ਅਤੇ ਧਾਰਾਵਾਂ 15, 16, 17 ਅਤੇ 18 ਦੀਆਂ ਸਮੱਗਰੀਆਂ ਨੂੰ ਪੂਰਾ ਕਰਨ ਦੇ ਵਾਸਤੇ ਕਾਫ਼ੀ ਨਹੀਂ ਹਨ। ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ 1967 ਦੇ ਬਾਰੇ ਵਿੱਚ ਲਗਾਤਾਰ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਜਾਰੀ ਸੀ। ਸਬ ਇੰਸਪੈਕਟਰ ਰਾਜੇ ਕੁਮਾਰ ਨੇ ਇਸ ਮੌਕੇ ਜ਼ੀਰਾ ਦੇ ਦੌਰਾਨ ਮੰਨਿਆ ਹੈ ਕਿ ਬੈਂਕ ਖਾਤੇ ਅਤੇ ਪਾਸਬੁੱਕਾਂ ਦੇ ਵਿੱਚ ਕੋਈ ਦੋਸ਼ ਨਹੀਂ ਹੈ। ਉਹ ਅੱਗੇ ਮੰਨਦਾ ਹੈ ਕਿ ਗੁਰਮਤਿ ਪ੍ਰਕਾਸ਼ ਦੀਆਂ ਕਾਪੀਆਂ ਅਤੇ PSGPC ਦੀ ਡਾਇਰੀ ਦੇ ਵਿੱਚ ਕੋਈ ਦੋਸ਼ ਨਹੀਂ ਹੈ। ਭਾਵੇਂ ਉਸਨੇ ਕਿਹਾ ਹੈ ਕਿ ਵਾਂਗੜ ਮੈਗਜ਼ੀਨ ਦੀਆਂ ਕਾਪੀਆਂ ਅਪਰਾਧਿਕ ਹੋ ਸਕਦੀਆਂ ਨੇ, ਪਰ ਮਾਮਲੇ ਦੇ ਤਫਤੀਸ਼ੀ ਅਫਸਰ DSP ਗਗਨਦੀਪ ਸਿੰਘ ਨੇ ਆਪਣੀ ਪੁੱਛ ਪੜਤਾਲ ਦੇ ਦੌਰਾਨ ਸਪਸ਼ਟ ਤੌਰ ਤੇ ਮੰਨਿਆ ਹੈ ਕਿ ਗੁਰਮਤਿ ਪ੍ਰਕਾਸ਼ ਅਤੇ ਵੰਗਾਰ ਦੇ ਸਾਰੇ ਰਸਾਲੇ ਰਜਿਸਟਰਡ ਮੈਗਜ਼ੀਨ ਦੇ ਨੇ
ਅਤੇ ਕਿਸੇ ਵੀ ਸਰਕਾਰ ਦੁਆਰਾ ਵਰਜਿਤ ਨਹੀਂ ਹਨ। ਅਦਾਲਤ ਨੇ ਕਿਹਾ ਹੈ ਕਿ ਕੇਸ ਦੇ ਜਾਂਚ ਅਧਿਕਾਰੀ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਮੰਨਿਆ ਹੈ ਕਿ ਜਾਂਚ ਦੇ ਦੌਰਾਨ ਮੁਲਜ਼ਮਾਂ ਦੇ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਜਾਂ ਫਿਰ ਹੋਰ ਕਿਸੇ ਤਰ੍ਹਾਂ ਦੇ ਕੋਈ ਸਬੂਤ ਇਕੱਠੇ ਨਹੀਂ ਕੀਤੇ ਗਏ। ਦੋਸ਼ੀ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਦੇ ਵਾਸਤੇ ਗਏ ਸੀ ਅਤੇ ਉਨ੍ਹਾਂ ਦੌਰਿਆਂ ਦੇ ਦੌਰਾਨ ਅੱਤਵਾਦੀ ਸਬੰਧਾਂ ਨੂੰ ਵਿਕਸਿਤ ਕਰਨ ਦਾ ਉਨ੍ਹਾਂ ਦੇ ਉੱਪਰ ਦੋਸ਼ ਲਗਾਇਆ ਗਿਆ ਸੀ, ਜਿਸ ਦੇ ਉੱਪਰ ਅਦਾਲਤ ਨੇ ਕਿਹਾ ਹੈ ਕਿ DSP ਨੇ ਇਸ ਦੇ ਬਾਰੇ ਵਿੱਚ ਅੱਗੇ ਮੰਨਿਆ ਹੈ ਕਿ ਗੁਰਦੁਆਰੇ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੇ ਵਾਸਤੇ ਪਾਕਿਸਤਾਨ ਜਾਣਾ ਗੈਰ ਕਾਨੂੰਨੀ ਨਹੀਂ ਹੈ ਅਤੇ ਇਹ ਕੋਈ ਅਪਰਾਧ ਦੀ ਸ਼ਾਖਾ ਦੇ ਵਿੱਚ ਵੀ ਨਹੀਂ ਆਉਂਦਾ। ਇਸ ਬਾਰੇ ਵਿੱਚ ਗਵਾਹ ਦੇ ਵੱਲੋਂ ਅੱਗੇ ਮੰਨਿਆ ਗਿਆ ਹੈ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਸਮੇਂ ਉਨ੍ਹਾਂ ਦੇ ਕੋਲੋਂ ਕੋਈ ਵੀ ਇਸ ਪ੍ਰਕਾਰ ਦੀ ਹੋਰ ਸਮੱਗਰੀ ਬਰਾਮਦ ਨਹੀਂ ਕੀਤੀ ਗਈ ਹੈ। ਇਸ ਤਰ੍ਹਾਂ ਉਪਰੋਕਤ ਚਰਚਾ ਕੀਤੇ ਗਏ ਸਬੂਤਾਂ ਤੋਂ ਇਹ ਤੱਥ ਸਪਸ਼ਟ ਹੋ ਗਿਆ ਹੈ ਕਿ ਫਾਈਲ ਦੇ ਵਿੱਚ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਤਿੰਨੋਂ ਦੋਸ਼ੀਆਂ ਨੇ ਮਿਲ ਕੇ ਭਾਰਤ ਸਰਕਾਰ ਅਤੇ ਭਾਰਤ ਦੇ ਹੋਰ ਰਾਜਾਂ ਦੇ ਵਿਰੁੱਧ ਕਿਸੇ ਵੀ ਪ੍ਰਕਾਰ ਦੀ ਜੰਗ ਛੇੜਨ ਦੀ ਸਾਜਿਸ਼ ਰਚੀ ਹੋਵੇ ਅਤੇ ਉਨ੍ਹਾਂ ਨੇ ਅਜਿਹਾ ਕੀਤਾ ਹੋਵੇ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਜਾਂ ਫਿਰ ਪ੍ਰਭੂਸੱਤਾ ਨੂੰ ਖਤਰੇ ਦੇ ਵਿੱਚ ਪਾਉਣ ਦੇ ਇਰਾਦੇ ਦੇ ਨਾਲ ਜਾਂ ਸੰਭਾਵਿਤ ਤੌਰ ਤੇ ਦਹਿਸ਼ਤਗਰਦੀ ਜਾਂ ਫਿਰ ਭਾਰਤ ਦੇ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਣ ਦੇ ਇਰਾਦੇ ਦੇ ਨਾਲ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਗੱਲ ਦਾ ਕੋਈ ਸਬੂਤ ਵੀ ਰਿਕਾਰਡ ਦੇ ਉੱਪਰ ਨਹੀਂ ਆਇਆ ਕਿ ਮੁਲਜ਼ਮਾਂ ਨੇ ਭਾਰਤ ਵਿੱਚ ਕੋਈ ਅਤਿਵਾਦੀ ਵਾਰਦਾਤ ਕਰਨ ਦੇ ਵਾਸਤੇ ਕਦੇ ਕਿਸੇ ਵਿਦੇਸ਼ ਤੋਂ ਫੰਡ ਹਾਸਲ ਕੀਤਾ ਹੋਵੇ। ਸੰਗੋ ਜਾਂਚ ਅਧਿਕਾਰੀ ਨੇ ਮੰਨਿਆ ਹੈ ਕਿ ਮੁਲਜ਼ਮ ਗੁਰਦਿਆਲ ਸਿੰਘ, ਜਗਰੂਪ ਸਿੰਘ ਅਤੇ ਸਤਵਿੰਦਰ ਸਿੰਘ ਕਦੇ ਕੋਈ ਫੰਡ ਇਕੱਠਾ ਕਰਨ ਦੇ ਵਾਸਤੇ ਅੱਗੇ ਨਹੀਂ ਗਏ। ਤਾਂ ਹੁਣ ਇਸ ਸਾਰੇ ਦੇ ਸਾਰੇ ਮਾਮਲੇ ਦੇ ਵਿੱਚ ਖਾਸ ਤੌਰ ਦੇ ਉੱਪਰ ਇਸਤਗਾਸਾ ਰਿਕਾਰਡ ਦੇ ਉੱਪਰ ਇਹ ਸਥਾਪਿਤ ਕਰਨ ਦੇ ਵਿੱਚ ਅਸਫਲ ਰਹਿਣ ਦੀ ਗੱਲਬਾਤ। ਇਸ ਮੁੱਦੇ ਦੇ ਬਾਰੇ ਵਿੱਚ ਨਾਲ ਦੇ ਨਾਲ ਇਹ ਵੱਡਾ ਖੁਲਾਸਾ ਹੋਇਆ ਹੈ ਕਿ ਪੰਜਾਬ ਪੁਲਿਸ SGPC ਮੈਗਜ਼ੀਨ ਦੀਆਂ ਕਾਪੀਆਂ ਦੀ ਵਰਤੋਂ ਅਤੇ ਹਾਈ ਪ੍ਰੋਫਾਈਲ UAPA ਦਾ ਕੇਸ ਸਾਬਤ ਕਰਨ ਦੇ ਵਿੱਚ ਨਾਕਾਮਯਾਬ ਰਹਿਣ ਤੋਂ ਬਾਅਦ ਕੀ ਇਹਨਾਂ ਸਿੱਖਾਂ ਦੇ ਇੰਨੇ ਸਾਲਾਂ ਦੇ ਇੰਤਜ਼ਾਰ ਨੂੰ ਵਾਪਸ ਕਰ ਸਕਣਗੇ ਜਾਂ ਫਿਰ ਨਹੀਂ। ਲਗਾਤਾਰ ਇਸ ਪ੍ਰਕਾਰ ਦੇ ਮਾਮਲਿਆਂ ਦੇ ਸਾਹਮਣੇ ਆਉਣ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ, ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। I have did my coaching from GlobeWise only for IELTS and I scored 6.5 band. My experience with GlobeWise was so well. I would really suggest each and everyone to come here and pursue their process through GlobeWise. It will be really helpful for you. ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9696875875, ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 8725875875। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।